ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੇ। ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੁਪੁਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਾ ਕੀਓ, ਤੇ ਅਕਿਆਥ ਸੰਸਾਰ ਮਹਿ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਰਹਾਂ ਮਹਾ ਮਾਂਝ ਮਹਲਾ ਪੰਜਵਾਂ, ਘਰ ਚੌਥਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਐ ਹਰ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ। ਸੰਤ ਸਹਾਈ ਪ੍ਰੇਮ ਕੇ, ਹਉ ਤਿਨ ਕੈ ਲਾਗਾ ਪਾਏ। ਵਿਣ ਪ੍ਰਭ ਕਿਉਂ ਸੁਖ ਪਾਈਐ, ਦੂਜੀ ਨਾਹੀਂ ਜਾਏ। ਜਿਨੀ ਚਾਖਿਆ ਪ੍ਰੇਮ ਰਸ, ਸੇ ਤ੍ਰਿਪਤ ਰਹੇ ਆਘਾਏ। ਆਪ ਤਿਆਗ ਬਿਨਤੀ ਕਰਹਿ, ਲੇਹ ਪ੍ਰਭੂ ਲੜ ਲਾਏ। ਜੋ ਹਰ ਕੰਤ ਮਿਲਾਈਆ, ਸੇ ਵਿਛੜ ਕਤਹਿ ਨਾ ਜਾਏ। ਪ੍ਰਭ ਬਿਨ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨਾਏ। ਅਸੂੰ ਸੁਖੀ ਵਸੰਦੀਆਂ, ਜਿਨ੍ਹਾਂ ਮਇਆ ਹਰ ਰਾਏ। ਅਸੂੰ ਸੁਖੀ ਵਸੰਦੀਆਂ, ਜਿਨ੍ਹਾਂ ਮਇਆ ਹਰ ਰਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਂ ਜਰਾਗੰਦਰ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਅਸੁਣ ਦੇ ਮਹੀਨੇ ਪ੍ਰਥਾਏ, ਜੋ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਸ ਪਾਵਨ ਸ਼ਬਦ ਦੇ ਵਿਚਾਰ ਸਰਵਣ ਕਰਵਾ ਰਹੇ ਹਨ ਮਾਨਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈੱਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ। ਸਤਿਗੁਰੂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦਾ ਗੁਰਤਾ ਗੱਦੀ ਨਿਸ਼ੀਨੀ ਪੁਰਬ ਪਰਸੋਂ 19 ਤਰੀਕ ਨੂੰ ਹੈ।
सतगुरु श्री गुरु नानक देव पातशाह जी का ज्योति जोत समाउन दा दिहाड़ा 24 सितंबर नूं है, जो नानक प्याऊ साहब गुरद्वारा साहब विखे मनाया जा रहा है। अगले समय वास्ते सिंह साहब जी पासों सतगुरु जी की पावन बाणी की विचार सरवण करिए जी। वाहेगुरु जी का खालसा, वाहेगुरु जी की फतेह। एक ओंकार सतपुरख निरभउ निर्वैर अकाल मूरत अजूनी सैभं गुर प्रसाद बेशुमार अथा अगणत अतोल ज्यों बुलावो त्यों नानक दास बोले। गुरु सवारी खालसा जी, वाहिगुरु जी का खालसा, वाहिगुरु जी की फतेह। आप जी वडभागे हो जो अठवें पातशाह बाला प्रीतम सतगुरु जिस डिठे सब दुख जाए इना अजमता वड्याइयां दे मालक गुरु हर कृष्ण साहब महाराज जी दे पवित्र चरण शो प्राप्त इतिहासक स्थान गुरुद्वारा बंगला साहब जी की यात्रा करदे हां। जुगो जुग अटल छतर चवर तखत दे मालक धन धन श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। हुण समा है गुरु दरबार दे नियम अनुसार गुरु इतिहास दी गुरु की बाणी दी चल रही लड़ीवार कथा दा अपनिया मन बिरतियां एकाग्र करो। रसना पवित्र कर दे एक बार सारे उच्चारण करो जी सतनाम वाहे गुरु जी। ये पावन शब्द जिसका पाठ आप जी ने गुरु के वजीर पासो सरवण किया है, ये मांझ राग अंदर बारह माहा बाणी दे विच धन श्री गुरु ग्रंथ साहिब पातशाह महाराज जी दे 134-135 अंग ते दर्ज हर रोज आपां गुरु की बाणी दी लड़ीवार कथा सरवण करते हाँ।
ਅੱਜ ਨਵਾਂ ਮਹੀਨਾ ਆਰੰਭ ਹੋਇਆ ਹੈ। ਅੱਸੂ ਮਹੀਨੇ ਦੀ ਆਰੰਭਤਾ ਹੋਈ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਅੰਦਰ ਜੋ ਕੈਲੰਡਰ ਜਿਹੜਾ ਹੈ ਪਰਵਾਨਿਆ ਗਿਆ ਹੈ, ਉਸ ਦੀ ਆਰੰਭਤਾ ਚੇਤਰ ਤੋਂ ਹੈ, ਜਾਂ ਇਉਂ ਕਹਿ ਲਈਏ ਇਹ ਦੇਸੀ ਮਹੀਨਿਆਂ ਦਾ ਕੈਲੰਡਰ ਹੈ ਜਿਸ ਦਾ ਦੂਸਰਾ ਮਹੀਨਾ ਵੈਸਾਖ ਹੈ, ਤੀਸਰਾ ਜੇਠ ਹੈ, ਚੌਥਾ ਅਸਾੜ ਹੈ, ਪੰਜਵਾਂ ਸਾਵਣ ਹੈ, ਛੇਵਾਂ ਭਾਦਰੋਂ ਹੈ, ਸੱਤਵਾਂ ਅਸੁਨ ਹੈ। ਔਰ ਇਹ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਅਤੇ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਨੇ ਲੜੀਵਾਰ ਤੁਖਾਰੀ ਰਾਗ ਅਤੇ ਮਾਝ ਰਾਗ ਵਿੱਚ ਇਸ ਨੂੰ ਪ੍ਰਵਾਨਦਿਆਂ ਇਹਦੇ ਪਰਥਾਏ ਮਨੁੱਖਤਾ ਨੂੰ, ਮਾਨਵਤਾ ਨੂੰ ਉਪਦੇਸ਼ ਵੀ ਬਖਸ਼ਿਆ ਹੈ। ਕਿਉਂਕਿ ਸਾਡੇ ਵਿੱਚ ਥਿੱਤਾਂ ਬਾਰਾਂ ਦੀ ਪੂਜਾ ਨਹੀਂ ਹੈਗੀ, ਇਸ ਭੁਲੇਖੇ ਵਿੱਚ ਕਦੇ ਨਹੀਂ ਪੈਣਾ ਚਾਹੀਦਾ ਕਿ ਵੀਰਵਾਰ ਮਾੜਾ ਹੈ, ਸ਼ਨੀਵਾਰ ਮਾੜਾ ਹੈ। ਕਈ ਤਾਂ ਮੇਰੇ ਵਰਗਿਆਂ ਨੇ ਮੁਹਾਵਰੇ ਵੀ ਬਣਾਏ ਨੇ ਕਿ ਬੁੱਧ ਕੰਮ ਸੁੱਧ, ਇਹਨਾਂ ਦਾ ਕੋਈ ਲੌਜਿਕ ਨਹੀਂ ਹੈ। ਇਹਨਾਂ ਦੇ ਪਰਥਾਏ ਜੇ ਆਪਾਂ ਕੋਈ ਦਲੀਲ ਅਪੀਲ ਲੱਭਣ ਦੇਵਾਂਗੇ ਬੰਦੇ ਦੀ ਤਾਂ ਕੁਝ ਵੀ ਨਹੀਂ ਹੈ। ਇਹ ਤੇ ਉਦਾਂ ਹੀ ਮਨੁੱਖ ਦਾ ਇੱਕ ਸੁਭਾਅ ਹੈ ਕਿ ਮਨੁੱਖ ਕਵਿਤਾ ਆਵੇ ਨਾ ਆਵੇ, ਕਵੀ ਬਣਿਆ ਟੁੱਟ ਕੇ ਜੋੜਦਾ ਰਹਿੰਦਾ ਹੈ ਹਰ ਗੱਲ ਦੇ ਨਾਲ। ਉਹ ਬਾਹਰ ਨਿਕਲ ਕੇ ਬਹਿ ਜਾਓ ਭਾਈ, ਕੋਈ ਹਵਾ ਹੋਵਾ ਲੈ ਲਓ, ਘਰ ਪਰਾਹੁਣੇ ਆਏ ਨੇ ਕੋਈ ਚਾਹ ਚੂਈ ਬਣਾ ਲਓ, ਇਹ ਮਨੁੱਖ ਦਾ ਸੁਭਾਅ ਹੈ। ਐਵੇਂ ਗੱਲ ਨਾਲ ਗੱਲ ਜੋੜ ਕੇ ਬੋਲੀ ਜਾਣੀ, ਸੁਣਾਈ ਜਾਣੀ, ਉਹਦਾ ਕੀ ਮਾਇਨਾ ਹੈ, ਕੀ ਅਰਥ ਹੈ, ਇਹ ਇਸਨੇ ਕਦੇ ਖੁਦ ਵੀ ਨਹੀਂ ਸੋਚਿਆ। ਸਤਿਗੁਰੂ ਨੇ ਇਹ ਨਹੀਂ ਸਾਨੂੰ ਦੱਸਿਆ ਕਿ ਅੱਸੂ ਦਾ ਮਹੀਨਾ ਚੰਗਾ ਹੈ ਕਿ ਮਾੜਾ ਹੈ। ਜਿਹੜਾ ਮਹੀਨਾ ਲੰਘਿਆ ਉਹ ਵੀ ਨਹੀਂ ਦੱਸਿਆ ਕਿ ਉਹ ਭਾਦਰੋਂ ਦਾ ਮਹੀਨਾ ਚੰਗਾ ਸੀ ਕਿ ਮਾੜਾ ਸੀ, ਉਸ ਤੋਂ ਪਹਿਲਾਂ ਵੀ ਨਹੀਂ ਦੱਸਿਆ, ਕਦੇ ਵੀ ਨਹੀਂ ਦੱਸਿਆ ਕਿ ਕੋਈ ਦਿਨ ਚੰਗਾ ਹੈ, ਕੋਈ ਮਹੀਨਾ ਮਾੜਾ ਹੈ। ਹਾਂ, ਇਹ ਜ਼ਰੂਰ ਦੱਸਿਆ ਕਿ ਸੋਈ ਦਿਵਸ ਸੁਹਾਵੜਾ, ਜਿੱਤ ਪ੍ਰਭ ਆਵੇ ਚਿੱਤ, ਉਹ ਹਰ ਦਿਨ ਚੰਗਾ ਹੈ, ਚੰਗਾ ਹੀ ਨਹੀਂ ਸੋਹਣਾ। ਜਿਸ ਦਿਨ ਵਾਹਿਗੁਰੂ ਦੀ ਯਾਦ ਆਵੇ, ਸਾਡੇ ਹੱਥ ਰੱਬ ਦੀ ਰਜ਼ਾ ਵਿੱਚ ਜੁੜਨ, ਉਹ ਦਿਨ ਮੁਬਾਰਕ ਹੈ। ਮਹਾ ਦਿਵਸ ਮੂਰਤ ਭਲੇ
जिसको नदर करे महीने दिन अते समा ए चंगा है भाई, बशर्त जे वाहेगुरु मेहरबान होवे ता। जे रब दी नदर सवली है, जे रब त्रुठे है, जे रब मेहरबान है, जे रब दी कृपा दृष्टि है, ते महीना भी चंगा है, दिन भी चंगा है, समा भी चंगा है। पर नाल ये भी दस्या है कि सोई देवस सुहावड़ा जित प्रभ आवे चित, जित दिन विसर है पार ब्रह्म फिट पढ़ेरी रुत। जे रब भुल जाए वो रुत भी माड़ी है। रुतां छे ने, महीने बारह ने, दिन सत ने, पर ये अपने आप दे विच ना चंगे ने ना माड़े ने। चंगा ते माड़ा सिर्फ मनुख तेरा परमात्मा नाल संबंध है। जे रब नाल तेरा संबंध चंगा है, तेरे लिए सब कुछ चंगा है। कि जहाँ तू मेरे वल है तो क्या मुशंदा, तुद सब किश मैनू सौंपिया, जहाँ तेरा बंदा। जे वाहिगुरु मैं तेरा बंदा, तेरा आदमी बन गया, तो तू मैनू सारा कुछ ही दे देता। उदे विच की दिता है? पहला, लक्ष्मी तोट ना आवई खाए खर्च रहंदा, पैसे दी कमी नहीं आउंदी। रब दी मेहर दी ये पहली निशानी है कि तुहानू किसे दे अगे हाथ नहीं अड़ना पवेगा, किसे दे अगे जाके मंगते नहीं बनना पवेगा, भिखारी नहीं बनना पवेगा। पर उन्हां लोकां नू की कहिए जेडे जाते दिन रात माया दी ही पूजा करते ने, वो लक्ष्मी दी पूजा करते ने, भगवान दी नहीं करते। जे भगवान दे मंदिर विच भी जाते ने ते लक्ष्मी नू मंगते ने, भगवान नू नहीं मंगते। साडे विच बड़ी वड्डी गिणती है। ऐसे लोग भी ने जेडे दिन रात माया नू भंडते रहते ने, ये नागनी है जी, ये माया जेड़ी है ये माड़ी है जी। सतगुरां ने किते नहीं आख्या कि माया माड़ी है। सतगुरु जी ने उपदेश दिता सी, दौले शाह फकीर ने गुरु हरगोबिंद पिता जी नू आमने सामने बैठदे आ पुछिया सी, महाराज ये जिहड़ी तुहाडे चरणा विच माया दी ढेरी लगी है, इहदा दर्जा की है तुहाडे घर विच, इहदी की थां है? तां सतगुरां आख्या सी भी धन गुजरान है, ये तां भाई गुजारे वास्ते है। वो लोग जेडे कहन जी असीं माया लैंदे नहीं, जेडे लोग कहन जी असीं ते माया मथा टकाउंदे नहीं, कम उन्हां दा माया बिना भी नहीं चलदा। जेडे लोग इत्थे बैठ के भी कहंदे नहीं जी मैं ते माया गोलक विच पा चलिया, वो फिर लोकां दे करो मोटा सारा लफाफा लैंदे ने, वो इत्थों दी कसर उत्थे कढ़नी शुरू कर देंदे ने। माया जेड़ी है ये माड़ी नहीं है,
ਮਾੜੀ ਉਦੋਂ ਹੈ ਜਦੋਂ ਤੁਸੀਂ ਇਹਦੇ ਪੁਜਾਰੀ ਬਣ ਜਾਓਗੇ, ਮਾੜੀ ਉਦੋਂ ਹੈ ਜਦੋਂ ਤੁਸੀਂ ਇਹਨੂੰ ਆਪਣਾ ਸਿਰ ਦਾ ਤਾਜ ਬਣਾ ਕੇ ਇਹਦੀ ਪੂਜਾ ਕਰਨੀ ਸ਼ੁਰੂ ਕਰ ਦਿਓਗੇ। ਨਹੀਂ ਤਾਂ ਮੈਂ ਕਾਪ ਜੀ ਨੂੰ ਪੁੱਛਣਾ ਚਾਹੁੰਦਾ ਵੀ ਬੰਦਿਆ, ਤੂੰ ਹੱਟੀ 'ਤੇ ਬੈਠਾ, ਉੱਥੇ ਕਿਸੇ ਦੇਵੀ ਦੇਵਤੇ ਦੀ ਫੋਟੋ ਲੱਗੀ, ਗੱਲ ਸਮਝ ਆਈ ਕਿ ਤੂੰ ਉਹਨੂੰ ਅਗਰਬੱਤੀ ਕੀਤੀ ਹੈ, ਜਿਹੜੀ ਤੂੰ ਗੱਲੇ ਨੂੰ ਤਜੋਰੀ ਨੂੰ ਅਗਰਬੱਤੀ ਧੂਹ ਬੱਤੀ ਕਰਦਾ, ਤੱਕੜੀ ਨੂੰ ਕਰਦਾ, ਵਟਿਆਂ ਨੂੰ ਕਰਦਾ, ਉਹ ਕੀ ਹੈ? ਭਗਵਾਨ ਦੀ ਗੱਲ ਤਾਂ ਸਮਝ ਆਈ, ਪਰ ਪੱਥਰਾਂ ਦੀ ਗੱਲ ਤਾਂ ਨਹੀਂ ਸਮਝ ਆਉਂਦੀ। ਪਰ ਸੱਚ ਇਹ ਹੈ ਕਿ ਜਾਂ ਤਾਂ ਮਨੁੱਖ ਨੇ ਮਾਇਆ ਨੂੰ ਦਰਕਾਰਿਆ, ਫਟਕਾਰਿਆ, ਤਾਂ ਜਾਂ ਫਿਰ ਦਿਨ ਰਾਤ ਇਹਦਾ ਪੁਜਾਰੀ ਬਣ ਕੇ ਤੁਰ ਪਿਆ। ਸਤਿਗੁਰੂ ਨੇ ਬਾਣੀ ਵਿੱਚ ਇੱਕ ਫੈਸਲਾ ਦਿੱਤਾ ਕਿ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜ੍ਹੀ ਸੋ ਫਿਰੇ ਭਰਮੰਤ। ਦੋਹੋਂ ਵਿਵਸਥਾ ਅਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ ਉਹ ਲੱਭੋ ਭਾਈ। ਜਿਹੜਾ ਦੋਵਾਂ ਤੋਂ ਮੁਕਤ ਹੋਵੇ, ਨਾ ਜਿਹਦੇ ਘਰ ਮਾਇਆ ਬਹੁਤੀ ਹੈ, ਨਾ ਜਿਹਦੇ ਘਰ ਮਾਇਆ ਥੋੜ੍ਹੀ ਹੈ, ਮੈਨੂੰ ਖਿਮਾ ਕਰਨਾ, ਮੈਂ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ ਕਹਿ ਸਕਦਾ ਅੱਜ ਸਿੱਖੀ ਵੀ ਸਿਰਫ ਉਹਨਾਂ ਦੇ ਘਰਾਂ ਵਿੱਚ ਹੈ। ਜਿਹੜਾ ਅਤ ਗਰੀਬੀ 'ਤੇ ਪਹੁੰਚ ਗਿਆ ਉਹਦਾ ਤਾਂ ਰੋਜ਼ ਧਰਮ ਤਬਦੀਲ ਹੋ ਰਿਹਾ, ਕਦੇ ਕ੍ਰਿਸਚਨ ਬਣ ਰਿਹਾ, ਕਦੇ ਕੁਛ ਹੋਰ ਬਣ ਰਿਹਾ। ਪਰ ਉਹ ਮਤ ਸੋਚਣ ਉਹ ਲੋਕ ਕਿ ਇਹ ਤੁਹਾਡੇ ਧਰਮ ਦੇ ਅਨੁਯਾਈ ਬਣ ਰਹੇ ਨੇ। ਇੱਕ ਬਹੁਤ ਵੱਡਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਪ੍ਰਚਾਰਕ ਹੋਇਆ, ਉਹਦਾ ਨਾਂ ਸੀ ਕੇਰ ਸਿੰਘ ਬੈਰਾਗੀ। ਉਹਨਾਂ ਨੂੰ ਕਿਸੇ ਐਸੀ ਜਥੇਬੰਦੀ ਨੇ, ਜਿਹਦੇ ਲਈ ਅੱਜ ਵੀ ਸਿੱਖਾਂ ਵਿੱਚ ਬੜੇ ਸਾਰੇ ਸਵਾਲ ਨੇ, ਸੰਦੇਹ ਨੇ, ਉਹ ਉਹਨਾਂ ਦੀ ਸਭਾ ਵਿੱਚ ਗਿਆ ਅਤੇ ਬੋਲ ਆਇਆ। ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਾ ਕਿ ਬੜੀ ਇਤਰਾਜ਼ਯੋਗ ਗੱਲ ਹੈ, ਸਾਡਾ ਪ੍ਰਚਾਰਕ ਹੋਵੇ ਅਤੇ ਇਹੋ ਜਿਹੀ ਜਥੇਬੰਦੀ ਵਿੱਚ ਜਾ ਕੇ ਬੋਲ ਕੇ ਆਵੇ ਜਿਹੜੀ ਸਿੱਖਾਂ ਨੂੰ ਸਿੱਖ ਮੰਨਣ ਲਈ ਤਿਆਰ ਨਹੀਂ ਹੈ। ਉਹਨੂੰ ਬੁਲਾ ਲਿਆ, ਕਿਉਂ ਬਰਾਗੀ ਸਾਹਿਬ, ਇਹ ਗੱਲ ਪ੍ਰਿੰਸੀਪਲ ਹਰਭਜਨ ਸਿੰਘ ਹੋ ਰਹੀ ਅਕਸਰ ਸੁਣਾਉਂਦੇ ਸੀ, ਮੈਂ ਵੀ ਜਦੋਂ ਪਹਿਲੀ ਵਾਰੀ ਸੁਣੀ ਹੈ ਅਤੇ ਪਾਠ ਬੋਧ ਸਮਾਗਮ ਸੀ ਗੁਰਦੁਆਰਾ ਰਕਾਬਗੰਜ ਸਾਹਿਬ, ਭਾਈ ਲੱਖੀ ਸ਼ਾਹ ਵਣਜਾਰਾ ਹਾਲ ਅੰਦਰ, ਮੈਂ ਵੀ ਉੱਥੇ ਸੁਣੀ ਸੀ। ਕਹਿੰਦੇ ਕਿਉਂ ਬੈਰਾਗੀ ਸਾਹਿਬ ਤੁਸੀਂ ਉੱਥੇ ਬੋਲ ਕੇ ਆਏ ਹੋ? ਕਹਿੰਦਾ ਹਾਂਜੀ, ਬੜਾ ਮਾੜਾ ਕੀਤਾ ਜੀ ਤੁਸੀਂ, ਤੁਸੀਂ ਬੜੀ ਸਿੱਖੀ ਨੂੰ ਢਾਹ ਲਾਈ ਹੈ ਜੀ। ਉਹ ਬੜਾ ਹਾਜ਼ਰ ਜਵਾਬ ਇੱਕ ਪ੍ਰਚਾਰਕ ਸੀ, ਕਹਿਣ ਲੱਗਾ ਵੀ ਕਿਉਂ ਕਾਵਾਂ ਰੌਲੀ ਪਾਈ ਜਾਂਦੇ ਹੋ? ਉਹ ਸਾਰੇ ਪ੍ਰਬੰਧਕ ਗੁੱਸੇ ਹੋ ਗਏ ਵੀ ਕਾਵਾਂ ਰੌਲੀ ਦਾ ਕੀ ਮਤਲਬ ਹੈ? ਕਹਿੰਦਾ ਗੱਲ ਸਿਰਫ ਇੰਨੀ ਵੀ ਉਹਨਾਂ ਦਿੱਤੇ ਨੇ 50 ਰੁਪਈਏ ਅਤੇ ਮੈਂ ਬੋਲਾਂ ਆ, ਤੁਸੀਂ ਦਿਓ 100 ਰੁਪਈਆ ਮੈਂ ਉਹ ਦੇੜ ਆਉਣਾ। ਪਹਿਲਾਂ ਸਿੱਧਾ ਬੋਲਿਆ, ਹੁਣ ਪੁੱਠਾ ਬੋਲ ਦਿਆਂਗਾ, ਰੁਪਈਆ 50 ਦਾ ਮਸਲਾ ਹੈ, ਉਹਨਾਂ 50 ਦਿੱਤੇ ਤੁਸੀਂ 100 ਦੇ ਦਿਓ। ਜਿਹੜੇ ਲੋਕ ਲਾਲਚ ਦੇ ਕੇ ਲੋਕਾਂ ਦਾ ਧਰਮ ਬਦਲਾਉਂਦੇ ਨੇ, ਮੈਂ ਉਹਨਾਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜਿੱਦਣ ਤੁਹਾਡੇ ਤੋਂ ਵੱਡਾ ਵਪਾਰੀ ਆ ਗਿਆ ਇਹਨਾਂ ਨੇ ਫਿਰ ਬਦਲ ਜਾਣਾ ਜੇ। ਜੇ ਤੁਸੀਂ ਕਹੋ ਨਾ ਵੀ ਤੁਸੀਂ ਡਰਾ ਕੇ ਕਿਸੇ ਨੂੰ ਧਰਮ ਦੇ ਦਿਓਗੇ ਤਾਂ ਜਿੱਦਣ ਤੁਹਾਡੇ ਤੋਂ ਵੱਡੀ ਕਿਰਪਾਨ ਵਾਲਾ ਆ ਗਿਆ ਇਹਨਾਂ ਨੇ ਉੱਧਰ ਨੂੰ ਤੁਰ ਪੈਣਾ। ਜੇ ਤੁਸੀਂ ਪੈਸੇ ਦੇ ਕੇ ਧਰਮ ਬਦਲੋਗੇ, ਜਿੱਦਣ ਤੁਹਾਡੇ ਤੋਂ ਕੋਈ ਵੱਡਾ ਨੋਟ ਲੈ ਕੇ ਆ ਗਿਆ ਇਹਨਾਂ ਨੇ ਉੱਧਰ ਬਦਲ ਜਾਣਾ ਜੇ। ਇਸ ਕਰਕੇ ਭਾਈ
इस माया तो जेड़ा मुक्त है वो सुहेला है। सतगुरु पिता जी ने सानू एक गल समझाई है, दिन कोई चंगा नहीं कोई माड़ा नहीं, महीना कोई चंगा नहीं कोई माड़ा नहीं, समा कोई चंगा नहीं कोई माड़ा नहीं, चंगी ते माड़ी तेरी रब दे नाल नेड़ता ते दूरी है। जेड़े रब दे नेड़े ने उन्हां लई सब कुछ ठीक है, जेड़े रब तो दूर चले गए उन्हां लई सब कुछ माड़ा है। भाई सतगुरु सानू दिनां दे पुजारी नहीं बनाउंदे, घड़ियां पलां दे पुजारी नहीं बनाउंदे, साढ़े कोलों सतगुरु समय की पूजा नहीं कराउंदे, अठाउंदे ने अमृत वेले पढ़ाउंदे ने बाणी। सतगुरु पिता जी अठाउंदे ने अमृत वेले पर कहंदे की ने, चा लांगे उठ नाम जप निसबासर अराध, फिर की होएगा, कारा तुझे ना व्यापई नानक मिटे अपात। सतगुरु जी ने सानू धर्म दिता है, ते धर्म की है, धर्म शुभ गुण ने, धर्म शुभ कर्म ने, धर्म है चंगे काम, चंगियां गल्लां, चंगियां आदतां, ये धर्म है। असी की कीता, असी इनू वहमां विच पा के, भरमां विच पा के, कर्म कांडां विच पा के, अंधविश्वासां विच पा के बंदे नू तांत्रिक बना दिता। कोई धागा पाई फिरदा है, कोई तवीत पाई फिरदा है, किसी दे प्रति धागे तवीत हो ही जांदे ने, कोई करी जांदा है कोई कराई जांदा है, सारी दुनिया इस पासे गवाची हुई है। सतगुरु पिता महाराज कहंदे नहीं भाई, सर्व धर्म है श्रेष्ठ धर्म, हर को नाम जप निर्मल कर्म। हद इस गल दी है कि जेड़ा बंदा बाथरूम च नहाउण लई तैयार नहीं, उच रस्ते च नहाउण नूं तैयार हो गया रात नूं, बस इसे नूं अंधविश्वास कहंदे ने, इसे नूं तांत्रिक कर्म कहंदे ने। भाई और ये चेता रखना कि कर्म धर्म पखंड जो दीस है तिन जम जागाती लूट है। निर्वाण कीर्तन गावो करते का निमक सिमरत जित छूट है। चंगे काम कर लो भावे थोड़े कर लो, माड़ा काम कोई ना करो, चंगा बोल लवो भावे थोड़ा बोल लवो, माड़ा बिल्कुल ना बोलो, चंगे रस्ते तुरो भावे थोड़े कदम तुर लो पर भैड़े रस्ते ते एक कदम भी ना तुरो, ये धर्म है। इन दो चीजां नूं जोड़ना नहीं आपस विच। साड़ी बदकिस्मती असी अपने हत्थां नाल लिखी है और सतगुरु जी ने जानी भी है और सानू जनाई भी है कि बंदिया तू इंज कीता कि पाप करें पंचा के बासरे, तू पाप करदा है, कदे कामी होके कदे क्रोधी होके कदे लोभी होके कदे मोही होके कदे हंकारी होके, असी जो कुछ भी करते हैं वो इन्हां पंज वकारां दे तहत करते हैं, इन्हां दे अधीन करते हैं।
कि बिना क्रोध तो किसी नूं चपेड़ मारी जा सकती है, किसी का मर्डर किया जा सकता है, कि बिना मोह तो झूठ बोलिया जा सकता है, कि बिना लालच तो किसी का हक मारिया जा सकता है, कि बिना काम तो वैश्या दे कोठे नूं जाया जा सकता है, असी पांच चीजां दे अधीन तुरे हुए हैं। सतगुरु ने जाणिया सानू जनाया कि पाप करें पंचा के बस रे, अगे की समझाया तीर्थ नाए कहें सब उतरे, फिर तू एक रस्ता भी कढ लिया भी कामी होके की कीता, क्रोधी होके की कीता, लोभी होके की कीता, मोही होके हंकारी होके की कीता, सवाल यह नहीं है, सवाल यह भी तीर्थ इशनान किन्ने कीते ने। तीर्थ नाए कहें सब उतरे, तीर्था ते चला गया, आपे टूबी ला ली, आपे कैलकुलेटर फड़ लिया, आपे कापी पेन चुकिया, आपे जमा घटाओ कीती, आपे खाता नील कर लिया, तीर्थ नहाए कहें सब उतरे। हुण की होया, हुण पै गया पापां दे रस्ते ते। बहुर कमावै होए निशंक, जिस दिन पहले दिन किसी ने शराब पीती है, किसी ने वैश्या दे कोठे ते जाना कीता है, किसी ने लालच वस आके कोई माड़ा काम कीता है, किसी ने क्रोधी होके किसी नूं कुटिया मारिया है, उहदा मन कहिंदा सी तू बहुत माड़ा कीता है, तू बख्शिया नहीं जाएगा, एडा वड्डा गुनाह, एडी वड्डी तेरी भुल है। पर जदों चला गया तीर्थां ते, वापस आया, रेगुलर हो गया। इहदी इक उदाहरण बड़ी सोहणी है, कहिंदे कोई बंदा क्राइम नहीं करदा, कहिंदा ना 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 पुलिस वाले फड़ के लै जाणगे, पर एक दिन क्राइम हो गया, पुलिस वाले लै गए, तो जो उहने वेख्या थाने च भी उत्थे ते सारे चाह पानी लै के मगर तुरे फिरदे ने, अगले ने थाने च भी मंजा बिस्तरा दे दिता, एसी वाला कमरा दे दिता, मुड़के बाहर आके नहीं खड़ा फिरो, फिर तो तुर पिया दिन रात ही। एक बंदे नूं किसी ने पूछया भी पता लग्या है कि तू रिश्वत लैंदा फड़िया गया है, वो कहिंदा तां की होया, कहिंदा होया नहीं, तू सस्पेंड हो गया है, तेरी तनखाह बंद हो गई है, तेरे बच्चे भुखे मरणगे, अगों तेरी नौकरी चली जाएगी, कहिंदा तू ते कमल है। वो कहिंदा मैं कमला, कहिंदा भाई रिश्वत लैंदा फड़िया गया तो रिश्वत दे के छुट जाऊंगा तां की होया। जदों ठाणे जाके वापस मुड़िया, ये मैं थानू हकीकत सुना रहा, मेरा अपना एक रिश्तेदार एयरपोर्ट ते फड़िया गया, असी बड़े डरे, पता नहीं की बनिया होएगा, पता नहीं उन्हों पानी भी पीने मिलया होएगा कि नहीं मिलया होएगा। उन्होंने फड़िया, तो जदों असी उन्हों मिले असी क्या भी भाई माड़ा होया, वो तेनू तकलीफ तो नहीं होई, कहिंदा नहीं भाजी कोई तकलीफ नहीं होई। मैं क्या भी ये किदां हो सकदा है भी एयरपोर्ट ते बंदा फड़िया जाए तकलीफ ही कोई नहीं, कहिंदा सारियां दी जेब च एक एक हरा नोट पाता, कहिंदा कल्ला कल्ला तुर के आउंदा सी, भाजी तुहाडे लई सॉफ्ट ड्रिंक लैके आईए, कहिंदे ते राती ऐ तुरे फिरदे रहे जिवें मैं भूआ दा पुत हुंना। धर्म दी दुनिया दे विच ये सब तो वड्डा गुनाह हो गया कि जदों बंदे ने यह सोच लिया कि मैं पाठ करके छुट जाऊंगा, मैं तीर्थ ते नहा के छुट जाऊंगा, मैं गुरुद्वारे मत्था टेक के छुट जावांगा, फिर की होया,
फिर बहुर कमावे होए निशंक। एक सज्जन है, बड़ी पुरानी गल, 30 तो 35 साल पुरानी गल, मैं डोर टू डोर कलैक्शन करन जांदा सी, जिथे पढ़दा सी उन्हां दे नाल ही फिर प्रचारक दी नौकरी शुरू कर ली, ते उस संस्था दे वास्ते कलैक्शन करनी। एक बंदे ने 100 रुपया महीने दा देना, उस वेले मेरी अपनी तनखा मेरे ख्याल 700 रुपया होएगी। आम बंदा डोनेशन 5 रुपये दिंदा सी, कोई 11 दिंदा सी, 21 विरले गिणवे चुनवे शहर विच बंदे दिंदे सी। उन्हें कल्ले ने 100 देना, फिर उन्हें बंद करता। हुण मैनू भी लगे भी 20 घरां दे पैसे एक घर चो मिलदे सी। मैं उहदे यारां दोस्तां नूं कहा भी उन्हें भाई वो कलैक्शन बंद करती है, की गल होई भी, जे ते उन्हें कोई किसी मेरी गलती करके की थी, तो मैं माफ़ी मंग लैना भी। सेवा ते जांदी सी कॉलेज नूं, असी उहदे घर गए। वो बंदा नौकरी करता सी, जिहड़ा पंजाब हरियाणे का रौला पैंदा ना नहर का, उस नहर ते ਉਹ ਸੀਗਾ ਓਵਰਸੀਅਰ। ਉਹਨੇ ਜਾਂਦੇ ਹੀ ਗੱਲ ਮੁਕਾਤੀ, ਕਹਿਣ ਲੱਗਾ ਗਿਆਨੀ ਜੀ ਚਾਹ ਪੀਓ, ਗੱਲ ਸਿੱਧੀ ਸਿੱਧੀ ਹੈ ਕਿ ਨਹਿਰ ਦਾ ਕੰਮ ਚੱਲਦਾ ਸੀ, ਮੈਂ ਓਵਰਸੀਅਰ ਸੀ, ਪੈਸੇ ਆਉਂਦੇ ਸੀ, 100 ਰੁਪਈਆ ਤੁਹਾਨੂੰ ਵੀ ਦੇ ਦਈਦਾ ਸੀ। ਕਹਿੰਦਾ ਨਹਿਰ ਦਾ ਕੰਮ ਬੰਦ ਹੋ ਗਿਆ, ਪੇਮੈਂਟ ਆਉਣੀ ਬੰਦ ਹੋ ਗਈ ਹੈ, ਤੁਹਾਡੀ ਡੋਨੇਸ਼ਨ ਬੰਦ ਹੋ ਗਈ ਹੈ। ਕਹਿਣ ਲੱਗਾ ਗਿਆਨੀ ਜੀ ਤਨਖਾਹ ਨਾਲ ਤਾਂ ਰੋਟੀ ਨਹੀਂ ਪੂਰੀ ਹੁੰਦੀ, ਉੱਤੋਂ ਆਉਂਦੇ ਸੀ ਉੱਤੋਂ ਦੇ ਦਈਦੇ ਸੀ, ਉੱਤੋਂ ਆਉਂਦੇ ਨਹੀਂ ਉੱਤੋਂ ਦਈਦੇ ਨਹੀਂ। 99% ਅਸੀਂ ਇੱਥੇ ਹੀ ਖਲੋਤੇ ਹਾਂ। ਬਹੁਤਾਤ ਦੇ ਵਿੱਚ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਆਪਣੇ ਪਾਪ ਕਰਮ ਨੂੰ ਧਰਮ ਦੇ ਕਰਮ ਨਾਲ ਅਸੀਂ ਮੁਕਾਉਣਾ ਚਾਹੁੰਦੇ ਹਾਂ, ਪਰ ਜਿਸ ਘਰ ਵਿੱਚ ਬੈਠੇ ਹੋ ਇੱਕ ਗੱਲ ਦਾ ਜ਼ਰੂਰ ਪਾਠ ਪੜ੍ਹ ਲੈਣਾ ਕਿ ਚੰਗੇ ਆਈਆਂ ਕਰੋ ਕਿਰਪਾ, ਚੰਗੇ ਆਈਆਂ ਬੁਰੇ ਆਈਆਂ ਵਾਚੇ ਧਰਮ ਹਦੂਰ। ਇਹ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ, ਇਹਦੀ ਤੁਹਾਡੀ ਕੈਲਕੂਲੇਸ਼ਨ ਕੁਛ ਨਹੀਂ ਕਰੇਗੀ, ਤੁਹਾਡਾ ਪੈੱਨ ਕਾਪੀ ਕੁਝ ਨਹੀਂ ਕਰੇਗਾ ਕਿ ਆਪੇ ਮੈਂ ਚੰਗੇ ਕੰਮ ਕਰ ਲਏ, ਆਪੇ ਮੈਂ ਮਾੜੇ ਕਰ ਲਏ, ਆਪੇ ਮੈਂ ਪਲੱਸ ਮਾਈਨਸ ਕਰ ਲਏ, ਆਪੇ ਮੈਂ ਖਾਤਾ ਨੀਲ ਕਰ ਲਿਆ। ਨਹੀਂ, ਤੂੰ ਨਹੀਂ ਕਰ ਸਕਦਾ। ਇਹ ਚੇਤਾ ਰੱਖਣਾ ਕਿ ਨਾਨਕ ਜੀ ਉਪਾਏ ਕੈ ਲਿਖ ਨਾਮ ਹੈ ਧਰਮ ਬਹਾਲਿਆ। ਪਰਮਾਤਮਾ ਨੇ ਧਰਮ ਰਾਜਾ ਇੱਕ ਵੱਖਰਾ ਬਿਠਾਇਆ, ਇਹ ਲੇਖਾ ਜੋਖਾ ਉਹਨੇ ਕਰਨਾ। ਉਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੈ ਜਜਮਾਲਿਆ, ਥਾਉ ਨਾ ਪਾਏ ਨ ਕੂੜਿਆਰ, ਮੂੰਹ ਕਾਲੈ ਦੋਜਕ ਚਾਲਿਆ, ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ, ਸੇ ਠੱਗਣ ਵਾਲਿਆ ਲਿਖ ਨਾਵੇਂ ਧਰਮ ਬਹਾਲਿਆ। ਉਹਨੇ ਕੀ ਕੀਤਾ? ਉਹਨੇ ਧਰਮ ਰਾਜਾ ਇਸ ਕੰਮ ਲਈ ਬਿਠਾਇਆ। ਇਸ ਕਰਕੇ ਭਾਈ ਚੰਗੇ ਆਈਆਂ ਬੁਰੇ ਆਈਆਂ ਇਕੱਠਾ ਸ਼ਬਦ ਨਹੀਂ ਹੈ, ਤੇਰੀਆਂ ਚੰਗਿਆਈਆਂ ਅਤੇ ਤੇਰੀਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਵੀ ਚੇਤਾ ਰੱਖੀ, ਜਿੰਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ, ਜਿਨ੍ਹਾਂ ਨੇ ਨਾਮ ਸਿਮਰਿਆ ਹੋਏਗਾ। ਹੁਣ ਜਦੋਂ ਤੁਸੀਂ ਇਹ ਡਿਫਾਈਨ ਕਰ ਲਓਗੇ ਕਿ ਮੈਂ ਚੰਗੇ ਰਸਤੇ ਜਾਣਾ ਮਾੜੇ ਨਹੀਂ ਜਾਣਾ, ਮੈਂ ਚੰਗਾ ਬੋਲਣਾ ਮਾੜਾ ਨਹੀਂ ਬੋਲਣਾ, ਮੈਂ ਚੰਗਾ ਕਰਨਾ ਮਾੜਾ ਨਹੀਂ ਕਰਨਾ, ਤਾਂ ਤੁਸੀਂ ਕੀ ਸੋਚਦੇ ਹੋ ਕਿ ਚੰਗਾ ਕਰਨਾ ਬੰਦੇ ਦੇ ਆਪਣੇ ਹੱਥ ਵਿੱਚ ਹੈ? ਕੀ ਇਹ ਸ਼ਕਤੀ ਬੰਦੇ ਕੋਲ ਹੈ? ਨਹੀਂ। ਇਹ ਸ਼ੁਭ ਕਰਮ ਕਰਨ ਵਾਸਤੇ
ਤੈਨੂੰ ਅਰਦਾਸ ਵੀ ਕਰਨੀ ਪਵੇਗੀ, ਤੈਨੂੰ ਬਾਣੀ ਵੀ ਪੜ੍ਹਨੀ ਪਵੇਗੀ। ਅਗਰ ਤੈਨੂੰ ਰੱਬ ਸ਼ਕਤੀ ਦੇਵੇਗਾ ਤੇ ਤਾਂ ਤੂੰ ਚੰਗੇ ਰਸਤੇ ਤੇ ਤੁਰੇਗਾ। ਇਹ ਤੈਨੂੰ ਕਹਿਣਾ ਪਵੇਗਾ ਕਿ ਦੇ ਸ਼ਿਵਾ ਬਰ ਮੋਹੈ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਟਰੋ। ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੈਂ ਚੰਗੇ ਰਸਤੇ ਤੇ ਤੁਰਾਂ। ਚੰਗੇ ਰਸਤੇ ਤੇ ਤੁਰਨ ਵਾਲਿਆਂ ਨੇ ਤੁਹਾਨੂੰ ਪਤਾ ਕਿੰਨੀਆਂ ਸਜਾਵਾਂ ਭੁਗਤੀਆਂ ਨੇ। ਭਗਤ ਪ੍ਰਹਿਲਾਦ ਇਹ ਪਹਿਲੀ ਉਦਾਹਰਣ ਹੈ, ਭਗਤ ਕਬੀਰ, ਭਗਤ ਨਾਮਦੇਵ, ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਕੇ ਸਾਹਿਬਜ਼ਾਦੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਸੁਕਰਾਤ ਵਰਗੇ, ਹਜ਼ਰਤ ਈਸਾ ਵਰਗੇ, ਕਸੂਰ ਕੀ ਉਹਨਾਂ ਦਾ? ਦੁਨੀਆਂ ਦੇ ਪੈਗੰਬਰਾਂ ਦਾ ਇਤਿਹਾਸ ਪੜ੍ਹ ਕੇ ਵੇਖ ਲਓ ਤੁਸੀਂ, ਉਹਨਾਂ ਨੂੰ ਸਿਰਫ ਚੰਗੇ ਕੰਮ ਕਰਨ ਦੀ, ਚੰਗੇ ਰਸਤੇ ਤੁਰਨ ਦੀ ਸਜ਼ਾ ਕੀ ਮਿਲੀ? ਉਹਨਾਂ ਨੂੰ ਮਾਰ ਦਿੱਤਾ ਗਿਆ, ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਇਸੇ ਕਰਕੇ ਇਹ ਜਿਹੜਾ ਸ਼ਬਦ ਹੈ ਇਹਦਾ ਨਾਂ ਹੀ ਸ਼ਹਾਦਤ ਹੈ। ਇਹਦਾ ਨਾਂ ਕੀ ਹੈ? ਸ਼ਹਾਦਤ। ਸ਼ਹੀਦ ਕੌਣ ਹੈ? ਮਰਨ ਵਾਲਾ। ਗੁਰੂ ਅਰਜਨ ਸਾਹਿਬ ਕੌਣ ਹੈ? ਸ਼ਹੀਦ। ਗੁਰੂ ਤੇਗ ਬਹਾਦਰ ਕੌਣ ਹੈ? ਸ਼ਹੀਦ। ਪਰ ਚਾਂਦਨੀ ਦੇ ਚੌਂਕ ਵਿੱਚ ਕੀ ਹੋਇਆ? ਸ਼ਹਾਦਤ। ਲਾਹੌਰ ਵਿੱਚ ਕੀ ਹੋਇਆ? ਸ਼ਹਾਦਤ। ਸ਼ਹੀਦ ਨੇ ਤੱਤੀ ਤਵੀ 'ਤੇ ਬਹਿ ਕੇ ਸ਼ਹਾਦਤ ਦਿੱਤੀ ਹੈ। ਸ਼ਹੀਦ ਨੇ ਚਾਂਦਨੀ ਦੇ ਚੌਂਕ ਵਿੱਚ ਬਹਿ ਕੇ ਸ਼ਹਾਦਤ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਤੂੰ ਧਰਮ ਕਬੂਲੇਗਾ? ਉਹਨੇ ਕਿਹਾ ਮੈਂ ਨਹੀਂ ਕਬੂਲਾਂਗਾ। ਸ਼ਹੀਦ ਔਰ ਸ਼ਹਾਦਤ ਦੋਨਾਂ ਦੇ ਵਿੱਚ ਫਰਕ ਹੈ। ਸ਼ਹੀਦ ਉਹ ਹੈ ਜਿਹੜਾ ਸ਼ਹਾਦਤ ਦਿੰਦਾ ਹੈ। ਸ਼ਹਾਦਤ ਕੀ ਹੈ? ਉਹ ਇੱਕ ਏਮ ਹੈ, ਉਹ ਇੱਕ ਮਿਸ਼ਨ ਹੈ। ਔਰ ਇਹ ਵੀ ਚੇਤਾ ਰੱਖਣਾ, ਜਿਹੜੇ ਚੰਗੇ ਕੰਮ ਕਰਨ ਲਈ ਸ਼ਹੀਦ ਹੋਏ ਉਹਨਾਂ ਦੀਆਂ ਲੋਕ ਯਾਦਗਾਰਾਂ ਮਨਾਉਂਦੇ ਨੇ। ਸ਼ਹੀਦ ਕੀਤਾ ਔਰੰਗਜ਼ੇਬ ਨੇ, ਅੱਜ ਉਹਨੂੰ ਕੌਣ ਪੁੱਛਦਾ? ਸ਼ਹੀਦ ਹੋਏ ਗੁਰੂ ਤੇਗ ਬਹਾਦਰ, ਅੱਜ ਉੱਥੇ ਸੰਗਤ ਲਾਈਨਾਂ ਲਾ ਕੇ ਮੱਥਾ ਟੇਕਦੀ ਹੈ। ਸ਼ਹੀਦ ਹੋਏ ਗੁਰੂ ਅਰਜਨ ਸਾਹਿਬ, ਅੱਜ ਸੰਸਾਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਾ ਕੇ ਸੰਸਾਰ ਨੂੰ ਸੁਨੇਹਾ ਦਿੰਦਾ ਕਿ ਸਾਡੇ ਸਤਿਗੁਰੂ ਦੀ ਮਿਠਾਸ, ਸਾਡੇ ਸਤਿਗੁਰੂ ਦੀ ਸੀਤਲਤਾ ਤੁਹਾਡੀ ਅਗਨੀ ਦੀ ਭੱਠੀ ਸਾੜ ਨਹੀਂ ਸਕੀ, ਮੁਕਾ ਨਹੀਂ ਸਕੀ। ਧਰਮ ਜਿਹੜਾ ਇਹ ਅੰਧ ਵਿਸ਼ਵਾਸ ਨਹੀਂ। ਬਚ ਜਾਓ ਹੱਥ ਵੇਖਣ ਵਾਲਿਆਂ ਤੋਂ, ਧਾਗੇ ਦੇਣ ਵਾਲਿਆਂ ਤੋਂ, ਤਵੀਤ ਕਰਨ ਵਾਲਿਆਂ ਤੋਂ ਬਚ ਜਾਓ। ਇਹ ਤਾਂਤਰਿਕ ਨੇ, ਇਹਨਾਂ ਕੋਲ ਨਾ ਜਾਓ, ਇਹਨਾਂ ਨੂੰ ਆਪਣੇ ਘਰਾਂ ਵਿੱਚ ਨਾ ਆਉਣ ਦਿਓ। ਇਹ ਜਿਸ ਪਰਿਵਾਰ ਵਿੱਚ ਆ ਗਏ ਇਹਨਾਂ ਨੇ ਉਸ ਪਰਿਵਾਰ ਦਾ ਛੱਡਿਆ ਕੁਝ ਨਹੀਂ ਹੈ। ਧਰਮ ਹੈ ਜਿਹੜਾ ਤੁਹਾਨੂੰ ਪਾਠ ਪੜ੍ਹਾਉਂਦਾ ਹੈ ਕਿ ਏਕ ਪਿਤਾ ਏਕ ਸਕੇ ਹਮ ਬਾਰਕ। ਕਦੇ ਕੋਈ ਤਾਂਤਰਿਕ ਵੀ ਪੜ੍ਹਾਉਂਦਾ? ਇਹ ਧਰਮ ਹੈ ਜਿਹਨੇ ਕਿੰਨੇ ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰ ਦਿੱਤੀ ਹੈ। ਇਹ ਧਰਮ ਹੈ। ਪਰ ਕੋਈ ਅਧਰਮ ਹੁੰਦਾ ਤੇ ਉਹਨਾਂ ਨੇ ਕਹਿਣਾ ਸੀ ਵੀ ਦੂਜੇ ਦੀ ਬਾਣੀ ਦਾ ਕੀ ਮਤਲਬ ਹੈ ਜੀ? ਘਰ ਸਾਡਾ, ਦਰ ਸਾਡਾ, ਗ੍ਰੰਥ ਸਾਡਾ, ਤੇ ਇਹਦੇ ਵਿੱਚ ਦੂਜਿਆਂ ਦੀ ਬਾਣੀ ਦਾ ਕੀ ਮਤਲਬ ਹੈ? ਉਹ ਕੌਣ ਹੁੰਦੇ ਨੇ?
ਸਾਡੇ ਬਹਾਨੇ ਉਹਨਾਂ ਦੀ ਪੂਜਾ ਕਿਵੇਂ ਹੋ ਸਕਦੀ, ਉਹਨਾਂ ਨੂੰ ਕਿਵੇਂ ਮੱਥਾ ਟੇਕਿਆ ਜਾ ਸਕਦਾ। ਸਤਿਗੁਰੂ ਜੀ ਨੇ ਬੜਾ ਸੌਖਾ ਜਿਹਾ ਸਾਨੂੰ ਧਰਮ ਦਿੱਤਾ ਸੀ। ਅੱਜ ਬੜੇ ਲੋਕ ਵੇਖੇ ਨੇ ਮੈਂ, ਮੰਦਰਾਂ ਗੁਰਦੁਆਰਿਆਂ ਵਿੱਚ ਵੀ ਨਹੀਂ ਜਾਂਦੇ ਪਰ ਧਰਮ ਦੇ ਵਿੱਚ ਪੱਕੇ ਨੇ। ਹੋ ਸਕੇ ਦੇ ਕਿਸੇ ਦਾ ਚੰਗਾ ਕਰ ਦਿੰਦੇ ਨੇ, ਮਾੜਾ ਬਿਲਕੁਲ ਨਹੀਂ ਕਰਦੇ। ਹੋ ਸਕੇ ਦੇ ਕਿਸੇ ਲਈ ਚੰਗੇ ਦੋ ਸ਼ਬਦ ਬੋਲ ਦਿੰਦੇ ਨੇ, ਮਾੜਾ ਕਦੇ ਨਹੀਂ ਬੋਲਦੇ। ਚੰਗੀ ਚੀਜ਼ ਖਾ ਲੈਂਦੇ ਨੇ, ਮਾੜੀ ਬਿਲਕੁਲ ਨਹੀਂ ਖਾਂਦੇ। ਤੁਹਾਨੂੰ ਪਤਾ ਪੂਰੀ ਪ੍ਰਕਿਰਤੀ ਵਿੱਚ ਇੱਕ ਬੰਦਾ ਹੀ ਹੈ ਜਿਹੜਾ ਜ਼ਹਿਰ ਖਾਂਦਾ। ਤੁਸੀਂ ਡੰਗਰ ਦੀ ਖੁਰਲੀ ਵਿੱਚ ਪਾ ਕੇ, ਜਾਨਵਰ ਦੀ ਖੁਰਲੀ ਵਿੱਚ ਪਾ ਕੇ, ਮਵਾਸੀ ਦੀ ਖੁਰਲੀ ਵਿੱਚ ਪਾ ਕੇ, ਪੱਠਿਆਂ ਦੇ ਵਿੱਚ ਮਿਲਾ ਕੇ ਕੋਈ ਚੀਜ਼ ਰੱਖਦੇ ਹੋ, ਬਿਲਕੁਲ ਨਹੀਂ ਖਾਏਗਾ। ਇੱਕ ਅਸੀਂ ਹਾਂ, ਪੱਖ ਅਪੱਖ ਸਭ ਖਾਏ, ਨਾ ਅਸੀਂ ਚੰਗਾ ਖਾਣ ਲੱਗੇ ਹਾਂ ਧਿਆਨ ਕਰਦੇ ਹਾਂ ਕਿ ਮਾੜਾ ਨਹੀਂ ਖਾਣਾ, ਨਾ ਚੰਗਾ ਬੋਲਣ ਲੱਗਿਆਂ ਧਿਆਨ ਕਰਦੇ ਹਾਂ ਕਿ ਮਾੜਾ ਨਹੀਂ ਬੋਲਣਾ। ਕਈ ਮੇਰੇ ਵਰਗੇ ਚੰਗਾ ਬੋਲਦੇ ਨੇ ਪਰ ਜਦੋਂ ਮਾੜਾ ਬੋਲਦੇ ਨੇ ਸਭ ਕੁਝ ਖਤਮ ਹੋ ਜਾਂਦਾ। ਫਿਰ ਲੋਕ ਕਹਿੰਦੇ ਨੇ, ਕਹਿੰਦੇ ਭਾਈ ਤੂੰ ਇਹਦਾ ਪਾਠ ਹੀ ਸੁਣਿਆ, ਇਹਦੀਆਂ ਗਾਲਾਂ ਨਹੀਂ ਸੁਣੀਆਂ, ਇਹ ਦੋ ਦੋ ਕੁਇੰਟਲ ਦੀਆਂ ਗਾਲਾਂ ਕੱਢਦਾ, ਉਦੋਂ ਕੀ ਬਚਿਆ? ਕੁਛ ਵੀ ਨਾ ਬਚਿਆ। ਉਹ ਕਹਿੰਦਾ ਤੂੰ ਇਹਨੂੰ ਲੰਗਰ ਵਰਤਾਉਂਦਿਆਂ ਵੇਖਿਆ, ਤੂੰ ਇਹਨੂੰ ਦੁਨੀਆਂ ਲੁੱਟਦਿਆਂ ਨਹੀਂ ਵੇਖਿਆ। ਸੱਚੇ ਪਾਤਸ਼ਾਹ ਨੇ ਬਹੁਤ ਸੌਖਾ ਧਰਮ, ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਜਿੰਨੀ ਬਾਣੀ ਹੋ ਸਕਦੀ ਹੈ ਪੜ੍ਹੋ, ਪਰ ਇੱਕ ਗੱਲ ਦਾ ਧਿਆਨ ਰੱਖੋ, ਕੰਮ ਚੰਗੇ ਕਰਨੇ ਨੇ। ਜਦੋਂ ਧਰਮ ਦਾ ਪ੍ਰੈਕਟੀਕਲ ਕੀ ਹੈ, ਪ੍ਰੈਕਟੀਕਲ ਤੁਹਾਡਾ ਜੀਵਨ ਹੈ ਭਾਈ। ਜਦੋਂ ਤੁਸੀਂ ਸੰਸਾਰ ਵਿੱਚ ਵਿਚਰਨਾ ਹੈ, ਸਵਾਲ ਤੇ ਵੀ ਉੱਥੇ ਤੁਹਾਡਾ ਧਰਮ ਕੀ ਕਹਿੰਦਾ, ਉੱਥੇ ਤੁਹਾਡੀ ਬਾਣੀ ਫਿਰ ਕੀ ਕਹਿੰਦੀ ਹੈ, ਉੱਥੇ ਸਵੇਰ ਦੀ ਸੰਗਤ ਤੁਹਾਨੂੰ ਕੀ ਕਹਿੰਦੀ ਹੈ, ਉੱਥੇ ਤੁਹਾਡੇ ਜੋੜੇ ਝਾੜੇ, ਭਾਂਡੇ ਮਾਂਜੇ, ਪੋਚੇ ਮਾਰੇ, ਉੱਥੇ ਫਿਰ ਤੁਹਾਨੂੰ ਕੀ ਉਪਦੇਸ਼ ਦਿੰਦੇ ਨੇ ਭਾਈ। ਗੁਰੂ ਅਰਜਨ ਦੇ ਪਿਤਾ ਮਹਾਰਾਜ ਉਪਦੇਸ਼ ਕਰਦੇ ਨੇ, ਅਸੁਣ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ। ਇਹ ਨਹੀਂ ਆਖਿਆ ਅੱਸੂ ਦਾ ਮਹੀਨਾ ਚੰਗਾ ਹੈ ਤੁਸੀਂ ਨਾ ਸੁਣ ਲਿਆ ਤੇ ਜਾਓ, ਨਹੀਂ। ਬਕਾਇਦਾ ਸਤਿਗੁਰੂ ਨੇ ਬਾਣੀ ਉਚਾਰੀ ਹੈ ਔਰ ਬਾਣੀ ਦੇ ਵਿੱਚ ਕੀ ਦਰਜ ਕੀਤਾ, ਆਖਿਆ ਅੱਸੂ ਦਾ ਮਹੀਨਾ ਇਹ ਰੁੱਤ ਦਾ ਇੱਕ ਬਦਲਾਓ ਹੈ। ਛੇ ਮਹੀਨੇ ਬੀਤਣ ਤੋਂ ਬਾਅਦ ਇਹ ਸੱਤਵਾਂ ਮਹੀਨਾ ਹੈ। ਇਸ ਮਹੀਨੇ ਵਿੱਚ ਗਰੰਟੀ ਹੈ ਕਿ ਗਰਮੀ ਘੱਟ ਜਾਂਦੀ ਹੈ, ਮੁੱਕੀ ਨਹੀਂ ਹੈ। ਪਰ ਅੱਜ ਆਪਾਂ ਇਹ ਕਹੀਏ ਕਿ ਅੱਸੂ ਦਾ ਮਹੀਨਾ ਆਰੰਭ ਹੋ ਗਿਆ ਹੈ ਅਤੇ ਇਹ ਕੋਈ ਜੇਠ ਆਸਾੜ ਵਰਗੀ ਗਰਮੀ ਹੈ, ਇਹ ਕਦਾਚਿਤ ਨਹੀਂ ਹੋ ਸਕਦੀ। ਹੁਮਸ ਹੋ ਸਕਦਾ, ਤਰਾਕਟੇ ਹੋ ਸਕਦੇ ਨੇ, ਪਰ ਓਨੀ ਗਰਮੀ ਨਹੀਂ। ਉਹ ਟੈਂਪਰੇਚਰ 45-47 ਸਵਾਲ ਹੀ ਪੈਦਾ ਨਹੀਂ ਹੁੰਦਾ ਕਿ ਇਸ ਮਹੀਨੇ ਦੇ ਵਿੱਚ ਵਾਪਸ ਆ ਜਾਏ। ਮੌਸਮ ਬਦਲਿਆ, ਜਦੋਂ ਕੁਦਰਤ ਨੇ ਆਪਣੀ ਕਰਵਟ ਲਈ ਹੈ ਤਾਂ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ, ਇਹ ਮਨੁੱਖੀ ਮਨ ਤੇਰੇ ਸੁਭਾਅ ਨੇ ਇਸ ਪ੍ਰਭਾਵ ਨੂੰ ਕਬੂਲਿਆ। ਅੱਸੂ ਦਾ ਮਹੀਨਾ ਮਿੱਠੀ ਰੁੱਤ ਦਾ ਆਗਾਜ਼ ਹੈ। ਜਿਵੇਂ ਰੁੱਤ ਬਦਲੀ, ਕਦੇ ਗਰਮੀ ਸੀ, ਮੱਖੀਆਂ ਸੀ, ਮੱਛਰ ਸੀ, ਹੁੰਮਸ ਸੀ, ਦਮ ਘੁੱਟਦਾ ਸੀ, ਇਸ ਮਹੀਨੇ ਬਿਲਕੁਲ ਨਹੀਂ ਘੁੱਟੇਗਾ। ਇਸ ਮਿੱਠੀ ਰੁੱਤ ਅੰਦਰ ਮਨੁੱਖੀ ਮਨ ਜਿਹੜਾ ਸੀ ਉਹ ਵੀ ਮੌਲਿਆ, ਉਹਨੇ ਪ੍ਰਭਾਵ ਕਬੂਲਿਆ। ਇਹਦੇ ਅੰਦਰ ਇੱਕ ਉਮਾਹੜਾ, ਇੱਕ ਚਾਓ ਪੈਦਾ ਹੋਇਆ ਕਿ ਕਿਉਂ ਮਿਲੀਏ ਹਰ ਜਾਏ, ਰੱਬ ਨੂੰ ਕਿਵੇਂ ਮਿਲਿਆ ਜਾਏ। ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਏ।
ਇਹ ਪਿਆਸ ਮਨ ਵਿੱਚ ਵੀ ਹੈ, ਇਹ ਪਿਆਸ ਤਨ ਵਿੱਚ ਵੀ ਹੈ, ਸਰੀਰ ਵਿੱਚ ਵੀ ਆ ਗਈ। ਸਰੀਰ ਕੀ ਹੈ? ਜਿੱਥੇ ਸਾਡੀ ਲੋੜ ਹੈ। ਮਨ ਕੀ ਹੈ? ਜਿੱਥੇ ਸਾਡੀ ਕਾਮਨਾ ਹੈ। ਸਾਡੀ ਇੱਛਾ ਵਿੱਚ ਵੀ ਹੈ, ਸਾਡੀ ਲੋੜ ਵਿੱਚ ਵੀ ਆ ਗਿਆ ਕਿ ਹੁਣ ਤਾਂ ਪਰਮਾਤਮਾ ਜਿਹੜਾ ਹੈ ਉਹ ਮਿਲਣਾ ਚਾਹੀਦਾ। ਕੋਈ ਆਣ ਮਿਲਾਵੇ ਮਾਏ, ਤਾਂ ਇੱਕ ਸਵਾਲ ਵੀ ਪੈਦਾ ਹੋਇਆ ਮਾਂ ਨੂੰ ਪੁੱਛਿਆ ਜਾਏ ਕਿ ਮਾਂ ਕੋਈ ਮੇਰੀ ਹੈਲਪ ਕਰੇਗਾ, ਕੋਈ ਮੇਰੀ ਮਦਦ ਕਰੇਗਾ, ਕੋਈ ਮੇਰੀ ਸਹਾਇਤਾ ਕਰੇਗਾ। ਮੇਰੀ ਇੱਛਾ ਹੈ, ਮੇਰੀ ਲੋੜ ਹੈ ਕਿ ਮੈਂ ਉਸ ਵਾਹਿਗੁਰੂ ਪਰਮਾਤਮਾ ਨੂੰ ਮਿਲਾਂ। ਤਾਂ ਮਾਂ ਨੇ ਜਵਾਬ ਕੀ ਦਿੱਤਾ? ਸੰਤ ਸਹਾਈ ਪ੍ਰੇਮ ਕੇ ਹੋਂ ਤਿੰਨ ਕੇ ਲਾਗਾਂ ਪਾਏ। ਪੁੱਤਰ, ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਇਸ ਕੰਮ ਦੇ ਵਿੱਚ ਤੇਰੀ ਮਦਦ ਕਰ ਸਕਦੇ ਨੇ। ਹੁਣ ਇੱਥੇ ਇੱਕ ਸੰਤ ਸ਼ਬਦ ਜਿਹੜਾ ਹੈ ਇਹ ਹੁਣ ਇਸ ਅਵਸਥਾ ਦੇ ਵਿੱਚ ਚਲਾ ਗਿਆ ਕਿ ਜੇ ਅਸੀਂ ਨਿੰਦਿਆ ਕਰਦੇ ਹਾਂ ਤਾਂ ਬਹੁਤ ਬੁਰੀ ਹੈ, ਜੇ ਉਸਤਤ ਕਰਦੇ ਹਾਂ ਤਾਂ ਡਰ ਲੱਗਦਾ। ਕਿਉਂਕਿ ਕਿੰਨੇ ਸਾਰੇ ਸੰਤ ਤੇ ਜੇਲ੍ਹ 'ਚ ਬੈਠੇ ਨੇ, ਡਰ ਇਸੇ ਗੱਲੋਂ ਲੱਗਦਾ ਨਾ ਵੀ ਐਵੇਂ ਨਾ ਹੋਵੇ ਪਖੰਡੀਆਂ ਦੀ, ਕਰਮ ਕਾਂਡੀਆਂ ਦੀ, ਔਰ ਅੱਤ ਦੁਨੀਆਂ ਦੇ ਮਾੜੇ ਬੰਦਿਆਂ ਦੀ ਅਸੀਂ ਸਿਫਤ ਕਰੀ ਜਾਈਏ। ਹੁਣ ਇਹ ਤਾਂ ਨਹੀਂ ਕਿਹਾ ਜਾ ਸਕਦਾ ਵੀ ਸੰਤ ਹੁੰਦੇ ਨਹੀਂ ਜਾਂ ਸੰਤ ਹੋ ਨਹੀਂ ਸਕਦੇ। ਜਿਸ ਪਦ ਦੀ ਵਡਿਆਈ ਸਤਿਗੁਰਾਂ ਨੇ ਬਾਣੀ ਵਿੱਚ ਕੀਤੀ ਹੈ ਭਾਈ, ਉਹ ਸ਼ਖਸੀਅਤ ਤਾਂ ਜ਼ਰੂਰ ਹੋਏਗੀ, ਪਰ ਡਰ ਇਸ ਗੱਲ ਤੋਂ ਲੱਗਦਾ ਵੀ ਅੱਜ ਜਿਸ ਕਦਰ ਦੁਨੀਆ ਇਹ ਨਾਂ ਨੂੰ ਵਰਤ ਰਹੀ ਹੈ ਕਿ ਇਹ ਠੀਕ ਹੈ। ਹਰ ਬੰਦਾ ਹੀ ਕਹਿੰਦਾ ਜੀ ਮੈਂ ਸੰਤ ਹਾਂ। ਬੜੇ ਸਾਰੇ ਲੋਕ ਤੇ ਉਹ ਨੇ ਜਿਨ੍ਹਾਂ ਨੂੰ ਕਦੇ ਕਿਸੇ ਨੇ ਨਹੀਂ ਕਿ ਉਹ ਆਪਣੇ ਆਪ ਨਹੀਂ ਕਹਿਣ ਲੱਗ ਜਾਂਦੇ ਨੇ ਮੈਂ ਸੰਤ ਹਾਂ। ਹਾਂ, ਇਹ ਸੱਚ ਹੈ ਜਿਹੜਾ ਰੱਬ ਦਾ ਸੰਤ ਹੋਏਗਾ, ਕਿਉਂਕਿ ਸੰਤ ਦੀ ਨਿਸ਼ਾਨੀ ਇਹ ਹੈ ਕਿ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡਭਾਗੀ ਪਾਏ। ਸੰਤ ਉਹ ਹੈ ਜਿਹੜਾ ਧਰਮ ਦੀਆਂ ਪੌੜੀਆਂ ਚੜ੍ਹਦਾ। ਇੱਥੇ ਜਿਹੜਾ ਰਾਜਨੀਤੀ ਦੀਆਂ ਪੌੜੀਆਂ ਚੜ੍ਹੀ ਜਾਂਦਾ ਅਸੀਂ ਉਹਨੂੰ ਵੀ ਸੰਤ ਕਹੀ ਜਾਂਦੇ ਹਾਂ। ਜਿਹੜਾ ਰੋਜ਼ ਠਾਣੇ ਬਿਠਾਣੇ ਫਸਿਆ ਹੁੰਦਾ ਅਸੀਂ ਉਹਨੂੰ ਵੀ ਸੰਤ ਕਹੀ ਜਾਂਦੇ ਹਾਂ। ਉਹਦਾ ਕੀ, ਸੰਤ ਦਾ ਕੀ ਕੰਮ ਹੈ? ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਸੰਤ ਦਾ ਕੰਮ ਸੀ ਨਾਮ ਜਪਣਾ ਅਤੇ ਨਾਮ ਜਪਾਉਣਾ। ਇੱਥੇ ਜਿਹੜਾ ਧਾਗੇ ਤਵੀਤ ਦੇਵੇ ਅਸੀਂ ਉਹਨੂੰ ਵੀ ਕਹਿੰਦੇ ਇਹ ਵੀ ਸੰਤ ਹੈ। ਜਿਹੜਾ ਗੁਰੂ ਦੀ ਹਜ਼ੂਰੀ 'ਚ ਮੱਥਾ ਟਿਕਾਵੇ ਅਸੀਂ ਉਹਨੂੰ ਵੀ ਕਹੀ ਜਾਂਦੇ ਸੰਤ ਹੈ। ਸੰਤ ਤਾਂ ਮੱਥਾ ਨਹੀਂ ਟਿਕਾ ਸਕਦਾ। ਸੰਤ ਤੇ ਲੋਕਾਂ ਨੂੰ ਪ੍ਰੇਰਦਾ ਹੈ ਕਿ ਜਾਓ ਭਾਈ ਗੁਰੂ ਦੇ ਚਰਨੀ ਲੱਗ ਜਾਓ। ਜਵਾਬ ਕੀ ਮਿਲਿਆ? ਸੰਤ ਸਹਾਈ ਪ੍ਰੇਮ ਕੇ ਹਾਂ ਤਿੰਨ ਕਹਿ ਲਾਗਾਂ ਪਾਏ, ਵਿਣ ਪ੍ਰਭ ਕਿਉਂ ਸੁੱਖ ਪਾਈ ਹੈ ਦੂਜੀ ਨਾਹੀਂ ਜਾਏ। ਗੱਲ ਇਹ ਸੀ ਰੱਬ ਤੋਂ ਬਿਨਾਂ ਸੁੱਖ ਨਹੀਂ ਹੈ, ਸੁੱਖ ਨਾਹੀਂ ਬਹੁਤੇ ਧਨ ਖੱਟ ਹੈ, ਸੁੱਖ ਨਾਹੀਂ ਭੇਖਿਆ ਨਿਰਿਤ ਨੱਟ ਹੈ, ਸੁੱਖ ਨਾਹੀਂ ਬਹੁ ਦੇਸ਼ ਕਮਾਏ ਸਰਬ ਸੁੱਖਾ ਹਰ ਹਰ ਗੁਣ ਗਾਏ। ਸੁੱਖ ਤੇ ਰੱਬ ਦੀ ਭਗਤੀ ਵਿੱਚ ਨੇ ਪਾਈ। ਬਿਨਾਂ ਪ੍ਰਭੂ ਤੋਂ ਕਿਸੇ ਨੇ ਵੀ ਸੁੱਖ ਨਹੀਂ ਪਾਇਆ, ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਜਿਨ੍ਹਾਂ ਨੇ ਪਰਮਾਤਮਾ ਦੇ ਪ੍ਰੇਮ ਰਸ ਨੂੰ ਚਖਿਆ ਉਹ ਤ੍ਰਿਪਤ ਹੋ ਗਏ। ਉਹਨਾਂ ਨੂੰ ਦੁਨੀਆਂ ਦੀ ਭੁੱਖ, ਦੁਨੀਆਂ ਦੀ ਤ੍ਰਿਸ਼ਨਾ, ਦੁਨੀਆਂ ਦੇ ਲਾਲਚ ਘਰ ਘਰ ਭਟਕਾ ਨਹੀਂ ਸਕੇ। ਧਰਮੀ ਬੰਦੇ ਨੇ ਕਿਰਤ ਰੋਜ਼ ਕਰਨੀ ਹੈ, ਕਿਰਤ
ਉਹਦੇ ਧਰਮ ਵਿੱਚ ਸ਼ਾਮਿਲ ਹੈ, ਪਰ ਤਰਸ਼ਨਾਲੂ ਹੋ ਕੇ ਜੋ ਕੂਕਰ ਹਰਕਾਇਆ ਧਾਵੇ ਦਹਿ ਦਿਸ਼ ਜਾਏ, ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾਏ, ਇਹ ਕੰਮ ਉਹ ਨਹੀਂ ਕਰਦਾ। ਉਹ ਹਰਕਾਏ ਕੁੱਤੇ ਵਾਂਗ, ਉਹ ਹਰ ਭਾਂਡੇ 'ਚ ਮੂੰਹ ਨਹੀਂ ਪਾਉਂਦਾ, ਹਰ ਥਾਂ 'ਤੇ ਨਹੀਂ ਭੱਜਾ ਫਿਰਦਾ। ਉਹਨੂੰ ਸੰਤ ਨੇ ਸਮਝਾ ਦਿੱਤਾ ਕਿ ਊਹਾਂ ਤੋ ਜਾਈਏ ਜੋ ਈਹਾਂ ਨਾ ਹੋਏ। ਤਾਂ ਹੀ ਤਾਂ ਪੁੱਛਿਆ ਕਿ ਤੀਰਥ ਵੱਡਾ ਕਿ ਹਰ ਕਾ ਦਾਸ, ਦੱਸੋ ਭਾਈ ਵੱਡਾ ਕੀ ਹੈ, ਤੀਰਥ ਵੱਡਾ ਹੈ? ਆਖਿਆ ਨਹੀਂ, ਰੱਬ ਦਾ ਭਗਤ ਵੱਡਾ ਹੈ, ਕਿਉਂਕਿ ਰੱਬ ਦੇ ਭਗਤ ਤੋਂ ਤੀਰਥ ਬਣੇ ਨੇ, ਤੀਰਥਾਂ ਤੋਂ ਰੱਬ ਦੇ ਭਗਤ ਨਹੀਂ ਬਣੇ, ਰੱਬ ਦੇ ਭਗਤਾਂ ਤੋਂ ਤੀਰਥ ਬਣੇ ਨੇ। ਜਿੱਥੇ ਭਗਤ ਰਵਿਦਾਸ ਨੇ ਭਗਤੀ ਕੀਤੀ ਉੱਥੇ ਮੰਦਰ ਬਣ ਗਿਆ, ਭਗਤ ਨਾਮਦੇਵ ਨੇ ਭਗਤੀ ਕੀਤੀ ਉੱਥੇ ਵੀ ਮੰਦਰ ਬਣ ਗਿਆ। ਤੀਰਥ ਵੱਡਾ ਹੈ? ਨਹੀਂ, ਹਰ ਕਾ ਦਾਸ ਵੱਡਾ ਹੈ, ਰੱਬ ਦਾ ਭਗਤ ਵੱਡਾ ਹੈ। ਰੱਬ ਦੇ ਭਗਤ ਤੋਂ ਧਰਮ ਸਥਾਨ ਬਣ ਜਾਂਦੇ ਨੇ, ਤੀਰਥ ਬਣ ਜਾਂਦੇ ਨੇ। ਜਿੱਥੇ ਬੈਠ ਕੇ ਉਹਨੇ ਰੱਬ ਦੀ ਇਬਾਦਤ ਕੀਤੀ ਹੈ ਲੋਕ ਉੱਥੇ ਇਜਾਰਤ ਕਰਨ ਵਾਸਤੇ ਆਉਣੇ ਸ਼ੁਰੂ ਹੋ ਜਾਂਦੇ ਨੇ। ਮੈਂ ਜਿਉਂਦੇ ਜੀ ਪੁੱਛਣਾ ਚਾਹੁੰਦਾ ਕਿ ਤੁਸੀਂ ਕਦੇ ਕਿਸੇ ਅਮੀਰ ਦੇ ਦਰਸ਼ਨ ਕਰਨ ਗਏ ਹੋ? ਅਸੀਂ ਮੀਰ ਕੋਲੇ ਕੰਮ ਜਾਂਦੇ ਹਾਂ, ਦਰਸ਼ਨ ਕਰਨ ਨਹੀਂ ਜਾਂਦੇ, ਪਰ ਰੱਬ ਦੇ ਪਿਆਰੇ ਦੇ ਕੋਲ ਕਦੇ ਕੰਮ ਲੈ ਕੇ ਗਏ ਹਾਂ, ਉਹਦੇ ਦਰਸ਼ਨ ਕਰਨ ਜਾਈਦਾ। ਔਰ ਸਾਡੀ ਇੱਕ ਮਾਨਤਾ ਹੈ ਕਿ ਸ਼ਾਇਦ ਅਮੀਰ ਦੇ ਪੈਸਿਆਂ ਦੇ ਵਿੱਚ ਓਨੀ ਸਿੱਧੀ ਨਹੀਂ ਜਿੰਨੇ ਕਿਸੇ ਭਗਤੀ ਕਰਨ ਵਾਲੇ, ਭਗਤੀ ਭਾਵ ਵਾਲੇ ਦੀ ਦ੍ਰਿਸ਼ਟੀ ਵਿੱਚ ਹੈ, ਉਹਦੀ ਨਜ਼ਰ ਵਿੱਚ ਹੈ, ਉਹਦੇ ਵਾਕ ਵਿੱਚ ਹੈ, ਉਹਦੇ ਬੋਲਣ ਵਿੱਚ ਹੈ। ਅਮੀਰ ਆਦਮੀ ਦੇਵੇਗਾ ਫਿਰ ਤੁਹਾਨੂੰ ਅਮੀਰ ਦੇ ਬੂਹੇ 'ਤੇ ਜਾਣਾ ਪਵੇਗਾ, ਪਰ ਜਿੱਦਣ ਫਕੀਰ ਆਦਮੀ ਤੁਹਾਡੀ ਝੋਲੀ ਭਰ ਦੇਗਾ ਉਦੋਂ ਦੁਨੀਆ ਤੁਹਾਡੇ ਬੂਹੇ 'ਤੇ ਆਉਣੀ ਸ਼ੁਰੂ ਹੋ ਜਾਏਗੀ। ਅਮੀਰ ਤੁਹਾਡੀ ਲੋੜ ਪੂਰੀ ਕਰ ਸਕਦਾ ਹੈ, ਤੁਹਾਡੇ ਖਜ਼ਾਨੇ ਨਹੀਂ ਭਰ ਸਕਦਾ, ਪਰ ਰੱਬ ਦਾ ਪਿਆਰਾ ਤਾਂ ਤੁਹਾਡੇ ਖਜ਼ਾਨੇ ਭਰ ਦੇਗਾ ਭਾਈ, ਜਿੱਥੋਂ ਫਿਰ ਦੁਨੀਆ ਆ ਕੇ ਆਪਣੀਆਂ ਲੋੜਾਂ ਪੂਰੀਆਂ ਕਰੇਗੀ। ਦੋਵਾਂ ਦੇ ਵਿੱਚ ਬੜਾ ਫਰਕ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਵੇਣ ਪ੍ਰਭ ਕਿਉਂ ਸੁੱਖ ਪਾਈਐ ਦੂਜੀ ਨਾਹੀਂ ਜਾਏ, ਪ੍ਰਭੂ ਤੋਂ ਬਿਨਾਂ ਸੁੱਖ ਨਹੀਂ, ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ। ਜਿਨ੍ਹਾਂ ਨੇ ਰੱਬ ਦੇ ਨਾਮ ਦਾ ਰਸ ਪੀ ਲਿਆ ਉਹ ਤ੍ਰਿਪਤ ਹੋ ਗਏ, ਉਹ ਫਿਰ ਭਟਕੇ ਨਹੀਂ। ਆਪ ਤਿਆਗ ਬੇਨਤੀ ਕਰੈ ਲਿਹੋ ਪ੍ਰਭੂ ਲੜ ਲਾਏ। ਉਹ ਹਰ ਵਕਤ ਦੋ ਹੱਥ ਜੋੜ ਕੇ ਕਹਿੰਦੇ ਨੇ ਕਿ ਪਰਮਾਤਮਾ ਸਾਨੂੰ ਆਪਣੇ ਪੱਲੇ ਨਾ ਲਾ ਲੈ, ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤੇ ਨਾ ਜਾਏ। ਜਿਨ੍ਹਾਂ ਨੂੰ ਰੱਬ ਨੇ ਆਪਣੇ ਨਾਲ ਮਲਾ ਲਿਆ ਉਹ ਮੁੜ ਕੇ ਨਹੀਂ ਭਟਕੇ, ਮੁੜ ਕੇ ਉਹਨਾਂ ਨੂੰ ਦਰ ਦਰ 'ਤੇ ਜਾ ਕੇ ਠੋਕਰਾਂ ਨਹੀਂ ਖਾਣੀਆਂ ਪਈਆਂ। ਪ੍ਰਭ ਵਿਣ ਦੂਜਾ ਕੋ ਨਹੀਂ, ਨਾਨਕ ਹਰ ਸ਼ਰਨ ਆਏ। ਪ੍ਰਭੂ ਤੋਂ ਬਿਨਾਂ ਦੂਜਾ ਕੋਈ ਪ੍ਰਭੂ ਹੈ ਹੀ ਨਹੀਂ, ਕੋਈ ਦੂਜਾ ਰੱਬ ਹੋਵੇ ਤਾਂ ਕਿਤੇ ਹੋਰ ਜਾਈਏ ਨਾ ਆਪਾਂ। ਇਸ ਕਰਕੇ ਗੁਰੂ ਅਰਜਨ ਦੇ ਪਿਤਾ ਮਹਾਰਾਜ ਕਹਿੰਦੇ ਨੇ, ਮੈਂ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਇਆ, ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਾਇਆ ਹਰ ਰਾਏ। ਅਸੂ ਦੇ ਮਹੀਨੇ ਵਿੱਚ ਉਹ ਜੀਵ ਆਤਮਾਵਾਂ, ਉਹ ਜਗਿਆਸੂ ਰੂਹਾਂ ਸੁਖੀ ਵਸਦੀਆਂ ਨੇ ਜਿਨ੍ਹਾਂ 'ਤੇ ਰੱਬ ਆਪਣੀ ਕਿਰਪਾ ਕਰਦਾ ਹੈ, ਜਿਨ੍ਹਾਂ ਨੂੰ ਰੱਬ ਦੇ ਪਿਆਰੇ ਮਿਲ ਗਏ, ਜਿਨ੍ਹਾਂ ਨੂੰ ਭਗਤੀ ਮਿਲ ਗਈ, ਜਿਨ੍ਹਾਂ ਨੂੰ ਨਾਮ ਦਾ ਰਸ ਆ ਗਿਆ, ਜਿਨ੍ਹਾਂ ਦੀ ਭਟਕਣਾ ਮੁੱਕ ਗਈ, ਜਿਨ੍ਹਾਂ ਦੀ ਤ੍ਰਿਸ਼ਨਾ ਮੁੱਕ ਗਈ, ਜਿਨ੍ਹਾਂ ਨੂੰ ਸੋਝੀ ਆ ਗਈ ਕਿ ਵੇਣ ਪ੍ਰਭ ਕਿਉਂ ਸੁੱਖ ਪਾਈ ਹੈ, ਪ੍ਰਭੂ ਤੋਂ ਬਿਨਾਂ ਸੁੱਖ ਨਹੀਂ, ਫਿਰ ਉਹਨਾਂ ਨੇ ਪਦਾਰਥ ਨਹੀਂ ਮੰਗੇ, ਉਹਨਾਂ ਨੇ ਰੱਬ ਮੰਗਿਆ। ਉਹ ਲਕਸ਼ਮੀ ਨਹੀਂ ਮੰਗਦੇ, ਉਹ ਭਗਵਾਨ ਮੰਗਦੇ ਨੇ। ਪਰ ਜੇ ਅਸੀਂ ਬਦਕਿਸਮਤ ਹੋਵਾਂਗੇ ਤਾਂ ਰੱਬ ਦੇ ਘਰ ਆ ਕੇ ਵੀ ਲਕਸ਼ਮੀ ਮੰਗਾਂਗੇ,
ਤੇ ਜਿੱਦਣ ਕਿਤੇ ਭਾਗ ਜਾਗ ਪਏ ਤੇ ਉਦਣ ਫਿਰ ਕਹਾਂਗੇ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇੰਨੇ ਸ਼ਬਦ ਪ੍ਰਵਾਨ ਕਰਨਾ ਜੀ। ਭੁੱਲਾਂ ਬਖਸ਼ੋ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।